गुरु घर दे प्रेमी सरदार गुरबख्शी सिंह कायल जिन्हां ने गुरु महाराज दी कृपा सदका अपने कारोबार नू उच्च बुलंदियां तक पहुंचाउण दे नाल नाल धार्मिक अते समाजिक कम्मां विच अगलेरियां कतारां विच रह के समूह कायल परिवार दे नाम नू चार चन्न लाए। सरदार गुरबख्शी सिंह जी दे सपुत्र सरदार राजा राजबीर सिंह कायल राजू जो के पिछले साल अचानक अपने परिवार अते समाज नू सदीवी विछोड़ा दे गए सन, उन्हां दी पवित्र अते निघी जान नू समर्पित पहली बरसी दे संबंध विच सरदार गुरबख्शी सिंह, सरदार प्रितपाल सिंह, सरदारनी बलजीत कौर, सरदारनी हरदीप कौर, सरदारनी रमनीत कौर, सरदार सरबजीत सिंह शाद, सरदार तरनदीप सिंह, सरदारनी सुखनीत कौर, सरदार हरजीत सिंह अते समूह कायल परिवार वालों उन्हां दे ग्रह 223 इंडस्ट्रियल एरिया ए लुधियाना विखे करवाया गया। इस मौके ते पहुंचे वख-वख कीर्तनी जथिया ने कीर्तन राही राजा राजबीर सिंह कायल नू शरदा दे फूल पेंट कीते अते आईया समूह संगता नू गुर चरणा नाल जोड़िया। पेश है इस समागम दा विशेष प्रसारण। Bye.
सुता
ਨਾਜ਼ਰੇ ਮਹਿਲਾ ਪੰਜਵਾ ਜਹਿ ਜਹਿ ਪੇਕੂ ਤਹਿ ਹਜ਼ੂਰ ਦੋਰੇ ਕਤੋ ਨਾ ਜਾਈ ਜਹਿ ਜਹਿ ਪੇਕੂ ਤਹਿ ਹਜ਼ੂਰ ਦੋਰੇ ਕਤੋ ਨਾ ਜਾਈ ਰਬ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਇਹ ਤੇ ਉਤ ਨਹੀਂ ਵਿਛੁੜੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪੇ ਸੁਖ ਭਨੀਐ ਰਹਾਉ ਪਰਤ ਪਾਲੇ ਅਪਿਆਉ ਤੇ ਕਾਸ਼ੀ ਊਨ ਨਾ ਹੋਈ ਸਾਥ ਸਾਥ ਸੰਭਾਲਤਾ ਮੇਰਾ ਪ੍ਰਭ ਸੋਈ ਸਾਮਤ ਦੇ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਅਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਜੀ ਵਿਛੜੀ ਹੋਈ ਅਜੀਬ ਆਤਮਾ ਸਰਦਾਰ ਰਾਜਵੀਰ ਸਿੰਘ ਜੋ ਉਸ ਬਾਲਕ ਨੇ ਉਹਨਾਂ ਨੂੰ ਸਮਾਂ ਦਰਸ਼ ਕੀਤਾ ਉਸ ਸਵਾਸਾਂ ਦੀ ਪੂੰਜੀ ਦਾ ਇਸ ਮਾਤ ਲੋਕ ਵਿੱਚ ਉਹ ਗਰਬਾ ਕਰਦੇ ਹਨ ਜੋ ਆਇਆ ਸੋ ਚੱਲ ਸੀ ਸਭ ਕੋਈ ਅੱਜ ਵੱਜ ਗਿਆ ਆਪਣੀ ਵਾਰੀ ਦੇ ਮੁਤਾਬਕ ਪਿਛਲੇ ਸਮੇਂ ਦੌਰਾਨ ਪ੍ਰਭੂ ਚਰਨਾਂ ਵਿੱਚ ਚਾਪ ਫੇਰ ਹੋਏ ਸਨ ਜਿਸ ਦੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਓ ਟੀਚੈ ਉਸ ਮਾਲਕ ਨੇ ਦਾਤਾ ਬਖਸ਼ੀਏ ਤੇ ਉਹਦਾ ਹੱਕ ਏ ਕਿ ਉਹ ਆਪਣੀ ਅਮਾਨਤ ਜਦੋਂ ਮਰਜ਼ੀ ਲਿਜਾ ਸਕਦਾ ਔਰ ਜਿਸ ਭਾਵਨਾ ਨਾਲ ਅਸੀਂ ਅਮਾਨਤ ਲੈਂਦੇ ਹਾਂ ਉਸ ਭਾਵਨਾ ਨਾਲ ਸਾਨੂੰ ਮਾਲਕ ਨੂੰ ਦੇਣੀ ਵੀ ਚਾਹੀਦੀ ਜਦ ਕਹਿੰਦੇ ਨੇ ਜਿਸ ਠਾਕੁਰ ਸਿਓ ਨਾ ਹੀ ਚਾਰਾ ਤਾਂ ਉਹ ਟੀਚੈ ਸਤ ਨਮਸਕਾਰ ਗੁਰੂ ਕਿਰਪਾ ਕਰੇ ਪਰਿਵਾਰ ਦੇ ਸਿਸ ਤੇ ਮੇਰਾ ਪ੍ਰਯਾਸ ਰੱਖੇ ਸਤਿਪੁਰਾਂ ਨੂੰ ਆਪਣੀ ਸੇਵਾ ਦੇ ਚਰਨਾਂ ਦੀ ਰਾਤ ਬਖਸ਼ੀਏ ਇਸੇ ਤਰ੍ਹਾਂ ਪਰਿਵਾਰ ਗੁਰੂ ਚਰਨਾਂ ਨਾਲ ਜੁੜਿਆ ਰਵੇ ਸੋ ਸਮੂਹ ਸੰਗਤਾਂ ਨੂੰ ਪਰਿਵਾਰ ਵੱਲੋਂ ਜੋ ਸੰਗਤਾਂ ਸਮਾਂ ਕੱਢ ਕੇ ਆਈਏ ਇਸ ਦੁੱਖ ਦੇ ਘੜੇ ਵਿੱਚ ਸ਼ਰੀਕ ਹੁੰਦਿਆਂ ਹੋਇਆਂ ਇਸ ਅਰਦਾਸ ਵਿੱਚ ਆਪ ਦੀਆਂ ਹਾਜ਼ਰੀਆਂ ਭਰੀਆਂ ਹਨ ਪਰਿਵਾਰ ਵੱਲੋਂ ਬੇਨਤੀ ਹੈ ਕੜਾਹ ਪ੍ਰਸ਼ਾਦ ਦੀ ਦੇਖ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਹਨ ਸਰਬਾ ਸੰਗਤਾਂ ਨੂੰ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ